ਸਤਿ ਸ੍ਰੀ ਅਕਾਲ ਮੇਰੇ ਜਾਣੀ ਰੂਪਕੌਰ ਵੱਲੋਂ ਤੁਹਾਡਾ ਆਡੀਓ ਨਾਵਲ 'ਚ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਸਾਹਮਣੇ ਜਸਵੰਤ ਸਿੰਘ ਕਵਲ ਹੋਰਾਂ ਦੀ ਰਚਨਾ ਸੱਚ ਨੂੰ ਫਾਂਸੀ ਦਾ ਭਾਗ ਤੀਜਾ ਲੈ ਕੇ ਹਾਜ਼ਰ ਹੋਈਆਂ ਆਓ ਸ਼ੁਰੂ ਕਰੀਏ ਭਾਗ ਤੀਜਾ ਸ਼ਾਮ ਬੜੀ ਸੁਹਾਵਣੀ ਸੀ ਮੀ ਧਰਤੀ ਦੀ ਹਿੱਕ ਸ਼ਾਂਤ ਕਰ ਚੁੱਕਾ ਸੀ ਜਿਵੇਂ ਪ੍ਰਿਆ ਮੇਲ ਬਿਰਹੀ ਮਨ ਨੂੰ ਟਾਰਸ ਦਿੰਦਾ ਹੈ ਕੁਦਰਤ ਦੇ ਹਰ ਦ੍ਰਿਸ਼ 'ਚ ਜਵਾਨੀ ਦੀ ਪਿਆਰੀ ਪਾਲਿਸ਼ ਕਾਂ ਮਾਰ ਰਹੀ ਸੀ ਖੁਸ਼ੀ ਦੀ ਲਹਿਰ ਨੇ ਸਾਰੇ ਵਾਯੂ ਮੰਡਲ ਨੂੰ ਘੇਰਿਆ ਹੋਇਆ ਸੀ ਜਿਵੇਂ ਪ੍ਰੇਮੀਆਂ ਦੇ ਅੰਗ-ਅੰਗ ਨੂੰ ਅੰਦਰ ਗਰਮਾ ਦਿੰਦਾ ਹੈ ਬ੍ਰਿਸ਼ਾ ਦੀਆਂ ਛਤਰੀਆਂ ਸ਼ਰਾਬੀ ਸਿਰਾਂ ਵਾਂਗ ਚੂਮ ਰਹੀਆਂ ਸਨ ਪੱਤੇ ਸੱਜਣੀਆਂ ਕਣੀਆਂ ਚੁੱਕੀ ਹੱਸਦੀਆਂ ਅੱਖਾਂ ਵਾਂਗ ਅਥਰੂ ਕੇਲ ਰਹੀਆਂ ਸਨ ਕੁਦਰਤ 'ਤੇ ਇੱਕ ਜਵਾਨੀ ਮਸਤੀ ਛਾਈ ਹੋਈ ਸੀ ਉਸ ਦਾ ਅਸਰ ਮਨੁੱਖੀ ਹਿਰਦਿਆਂ ਵਿੱਚ ਵੀ ਪਰਵੇਸ਼ ਕਰ ਗਿਆ ਸੀ। ਦਲੀਪ ਤੇ ਉਸ ਦੀ ਸਹੇਲੀ ਤਾਰੂ ਆਪਣੇ ਚਾਹ ਕੁਦਰਤ ਨਾਲ ਸਾਂਝੀ ਕਰਨ ਲਈ ਨੀਮ ਕਾਲੀ ਸ਼ਾਮ ਵਿੱਚ ਪਿੰਡੋਂ ਬਾਹਰ ਨਿਕਲੀਆਂ। ਜਿਵੇਂ ਨਸ਼ੇਆਈਆਂ ਅੱਖਾਂ ਨੇ ਸੁਰਮੇ ਨੂੰ ਪਿਆਰ ਸੁਨੇਹਾ ਦਿੱਤਾ ਹੋਵੇ, ਕਲੀਆਂ ਦੇ ਹਿਰਦੇ ਪਾਟੇ ਹੁਸਨ ਵਿੱਚ ਹੋਰ ਵਾਦਾ ਕਰ ਰਹੇ ਸਨ। ਜਿਵੇਂ ਮਨੁੱਖੀ ਅਰਮਾਨ ਹਿਰਦੇ ਦੀ ਛੀਲ ਚੋਂ ਨਿਕਲ ਕੇ ਭੁੱਖਿਆਂ ਲਈ ਸੰਗੀਤ ਤੇ ਨਿਰਾਸ਼ਿਆਂ ਲਈ ਖੇੜਾ ਉਹ ਵਿਚਰਦੇ ਹਨ ਤਾਰੋ ਦੀਆਂ ਅੱਖਾਂ ਮਸ਼ਕਰੀ ਵਾਂਗ ਹੱਸ ਰਹੀਆਂ ਸਨ ਅਤੇ ਦਲੀਪ ਤੇ ਬੁੱਲ ਨਵੀਆਂ ਕਮਲ ਤੁਈਆਂ ਵਾਂਗ ਕਿਸੇ ਭੁੱਲੇ ਭੋਰੇ ਲਈ ਜੀਵਨ ਦਾ ਰੰਗਲਾ ਸੰਦੇਸ਼ ਦੇ ਰਹੇ ਸਨ ਤਾਰੋ ਨੇ ਹੱਥ ਦੀਆਂ ਉਂਗਲਾਂ ਦਾ ਫੁੱਲ ਬਣਾਉਂਦਿਆਂ ਕਿਹਾ ਜਵਾਨੀ ਆਪ ਇੱਕ ਤੁਰੋਂ ਮੰਗ ਹੈ ਕੀ ਮਤਲਬ ਦਲੀਪ ਨੇ ਸਿਰ ਫੇਰਦਿਆਂ ਕਿਹਾ ਹੁਸਨ ਦੋ ਅੱਖਾਂ ਹਨ ਇਸ਼ਾਰਾ ਕਰਦੀਆਂ ਮੈਂ ਕੁਝ ਨਹੀਂ ਸਮਝੀ ਇਹ ਸਮਝੋ ਹਮਦਰਦੀ ਮਨੁੱਖ ਦਾ ਦਿਲ ਜਿੱਤਦੀ ਹੈ ਤੇ ਜਵਾਨੀ ਉਸ ਦੀ ਝੋਲੀ ਵਿੱਚ ਆਪਾ ਸੁੱਟ ਕੇ ਉਸ ਦਾ ਮਤਲਬ ਪੂਰਾ ਕਰਦੀ ਹੈ ਅੱਜ ਤੇਰੇ ਦਿਲ ਕੀ ਸੁੱਤਾ ਜਾਗ ਰਿਹਾ ਹੈ ਜਾਗ ਚੁੱਕਿਆਂ ਲਈ ਕੋਈ ਨਵਾਂ ਸੁਪਨਾ ਨਹੀਂ ਨੀਂਦ ਨਸ਼ੀਲੀ ਅੱਖਾਂ ਆਪਣੇ ਸੁਪਨੇ ਨੂੰ ਸੱਚਿਆਂ ਕਰਨ ਲਈ ਤਰਬਕ ਕੇ ਖੁੱਲ ਜਾਣਾ ਹੁਣ ਵੇਲਾ ਹੈ ਦਲੀਪ ਨੇ ਤਾਰੋਂ ਨੂੰ ਦੋਹਾਂ ਬਾਹਾਂ ਤੋਂ ਫੜ ਲਿਆ ਤੇ ਛੱਪੜ ਕਿਨਾਰੇ ਹੋ ਬੈਠੀ 부ਜਾਰਤਾ ਨਾ ਪਾ ਅਸਲੀਅਤ ਪ੍ਰਗਟ ਕਰ ਦਲੀਪ ਨੇ ਕਿਹਾ ਅਸਲੀਅਤ ਪ੍ਰਗਟ ਕਰੀਂਦੀ ਨਹੀਂ ਹੁੰਦੀ ਹੈ ਤੇਰੇ ਅੰਦਰ ਇੱਕ ਸੁਪਨੇ ਨੇ ਅੰਗੜਾਈ ਭਰੀ ਹੈ ਉਹ ਜਾਗ ਕੇ ਹਸਣਾ ਚਾਹੁੰਦਾ ਹੈ ਤਾਂ ਫਿਰ ਕੀ ਹੋਇਆ ਬਹੁਤਿਆਂ ਦੀ ਜ਼ਿੰਦਗੀ ਨੇ ਸਰਬਾਹ ਸੁਪਨੇ ਹੀ ਹੁੰਦੇ ਹਨ ਤਾਰੋ ਨੇ ਸਿਰ ਹਿਲਾਉਂਦਿਆਂ ਤੇ ਮੁਸਕਰਾਉਂਦਿਆਂ ਕਿਹਾ ਠੀਕ ਬਹੁਤੀਆਂ ਚੀਜ਼ਾਂ ਦਾ ਭਾਵ ਹੀ ਕਲਪਿਆ ਜਾ ਸਕਦਾ ਹੈ ਵਾਸਤਵ ਵਿੱਚ ਪਰਤੱਖ ਨਹੀਂ ਦਿਸਦੀਆਂ ਇਨੂੰ ਇੰਨਾ ਗੱਲਾਂ ਵਿੱਚ ਕੀ ਸਵਾਦ ਆਉਂਦਾ ਹੈ ਮੈਂ ਸ਼ਰਾਬੀ ਹਾਂ ਤੂੰ ਅਜੇ ਪੀਣੀ ਹੈ ਜਿਹੜੀਆਂ ਗੱਲਾਂ ਪੀਣ ਤੋਂ ਅੱਗੋਂ ਹੁੰਦੀਆਂ ਹਨ ਉਹ ਪਿੱਛੋਂ ਚੰਗੀਆਂ ਨਹੀਂ ਲੱਗਦੀਆਂ ਪਰ ਇਹ ਵੀ ਅਜੀਬ ਗੱਲ ਹੈ ਕਿ ਕੋਈ ਸ਼ਰਾਬੀ ਹੋਵੇ ਤੇ ਫਿਰ ਬੋਲੇ ਵੀ ਨਾ ਇਹ ਬਿਲਕੁਲ ਗਲਤ ਹੈ ਦਲੀਪ ਨੇ ਕਿਹਾ ਨਸ਼ਾ ਖਾਮੋਸ਼ ਹੈ ਫਿਰ ਪਿਆਰ ਦਾ ਨਸ਼ਾ ਤਾਂ ਬਿਲਕੁਲ ਖਾਮੋਸ਼ ਇਸ ਵਿੱਚ ਇੱਕ ਤੜਪ ਹੈ ਉਹ ਨਸ਼ੀ ਨਹੀਂ ਜਿਹੜਾ ਬੋਲਦਾ ਹੈ ਸੱਚ ਦੱਸ ਇਹ ਤੈਨੂੰ ਕਿਵੇਂ ਪਤਾ ਲੱਗਾ ਜ਼ਿੰਦਗੀ ਇੱਕ ਸਾਜ਼ ਹੈ ਤੇ ਸਮਾਂ ਮਿਜਰਾਬ ਦੋਹਾਂ ਦਾ ਮੇਲ ਕਿਸੇ ਮਿੱਠੇ ਨਗਮੇ ਨੂੰ ਜਨਮ ਦਿੰਦਾ ਹੈ ਮੈਂ ਵੀ ਤੇਰੇ ਮੂੰਹੋਂ ਇਹ ਸੁੰਨਾ ਚਾਹੁੰਦੀ ਸੀ ਕਿ ਤੂੰ ਅੱਜ ਕਿਸੇ ਮਧੁਰ ਸੁਰ ਲਈ ਬੇਕਰਾਰ ਹੈ ਤੈਨੂੰ ਨਿਸ਼ਾਨੇ ਮਾਰਨ ਨੂੰ ਇੱਕ ਮੈਂ ਹੀ ਲੱਭੀ ਹਾਂ ਨਹੀਂ ਨਿਸ਼ਾਨਾ ਤੇ ਲਾਲਚ ਨੂੰ ਕਿਸੇ ਹੋਰ ਅੱਖ ਦਾ ਹੈ ਮੈਂ ਤਾਂ ਕੇਵਲ ਬੰਨੇ ਤੇ ਖਲੋਤੀ ਹੁਸਨਪਰੀ ਕਿਸ਼ਤੀ ਨੂੰ ਪਿਆਰ ਕਿਨਾਰੇ ਲੱਗਦਿਆਂ ਵੇਖਣ ਵਾਲੀ ਹਾਂ ਤੋ ਹਾਥੋਂ ਕਿਰਿਆ ਆਨੰਦ ਮੈਨੂੰ ਵੀ ਵਿਕਸਾ ਸਕਦਾ ਹੈ ਤਾਰੋਦਾਹਨ ਅੰਦਰ ਹੱਸ ਰਹੀ ਹਸੀ ਦਲੀਪ ਨੇ ਥੋਲ ਮਾਰਦਿਆ ਕਿਹਾ ਬੇਸ਼ਰਮੀ ਤੈਨੂੰ ਕਰਨ ਨੂੰ ਕੋਈ ਹੋਰ ਗੱਲ ਨਹੀਂ ਲੱਭਦੀ ਸ਼ਾਇਦ ਇਸ ਤੋਂ ਸਵਾਦੀ ਤੇ ਜ਼ਰੂਰੀ ਗੱਲ ਢੁੰਡਿਆਂ ਵੀ ਨਾ ਮਿਲੇ ਦੋਵੇਂ ਥੋੜੇ ਚਿਰ ਲਈ ਖਾਮੋਸ਼ ਹੋ ਜਾਂਦੀਆਂ ਹਨ ਤੇ ਸ਼ਰਾਰਤੀ ਅੱਖਾਂ ਵਾਂਗ ਹੱਸਨੋਂ ਨਹੀਂ ਰਹਿ ਸਕਦੀਆਂ ਛੱਪੜ ਗੁਲਾਮ ਦੇ ਜੀਵਨ ਵਾਂਗ ਅਹਲ ਸੀ ਪਹਾੜੀ ਅੱਕਾਂ ਦੇ ਫੁੱਲਾਂ ਦੀ ਕੋਮਲਤਾ ਪਾਣੀ ਦੀ ਨਿਰਮਤਾ ਨੂੰ ਛੋ ਰਹੀ ਸੀ ਕੱਚੀ ਨਦੀ ਚੋਂ ਟੁੱਟੇ ਸੁਪਨੇ ਵਾਂਗ ਬਾਰਿਸ਼ ਨਾਲ ਧਰਤੀ ਵੀ ਖੁਸ਼ਬੂ ਦੇ ਰਹੀ ਸੀ ਕਰੀੜ ਦੀਆਂ ਟਾਹਣੀਆਂ ਵਿੱਚ ਕਣੀਆਂ ਇਉਂ ਅੜੀਆਂ ਹੋਈਆਂ ਹਨ ਜਿਵੇਂ ਕਿਸੇ ਸੁੰਦਰੀ ਦੇ ਹਰੇ ਗੋਣ ਵਿੱਚ ਸਤਾਰੇ ਦਲੀਪ ਦੀਆਂ ਅੱਖਾਂ ਸੁਭਾਵਕ ਹੀ ਕੁਝ ਟੂੰਡ ਰਹੀਆਂ ਸਨ ਅਤੇ ਤਾਰੋ ਦਾ ਧਿਆਨ ਮਗਰ ਫਿਰ ਰਿਹਸੀ ਦਲੀਪ ਬਿਲਕੁਲ ਜੰਗਲ ਦੀ ਭੋਲੀ ਹਿਰਨੀ ਤੇ ਤਾਰੋ ਨਿਸ਼ਾਨੇ ਟੁੰਡਣ ਲਈ ਸ਼ਿਕਾਰੀ ਦਾ ਰੂਪ ਧਾਰੀ ਬੈਠੀ ਸੀ ਦਲੀਪ ਨੇ ਉਸਦੀ ਠੋਡੀ ਉਤਾਹ ਚੁਕਦਿਆਂ ਕਿਹਾ ਕੀ ਵੇਖ ਰਹੀ ਹੈ ਤੇਰਾ ਸੁੰਦਰ ਪਵਿਕ ਤਾਰੋ ਨੇ ਜਵਾਬ ਦਿੱਤਾ ਜਿਵੇਂ ਉਹ ਜੋਸ਼ੀ ਹੁੰਦੀ ਹੈ ਚਲ ਉੱਠ ਚੱਲੀਏ ਅੱਜ ਬਹੁਤ ਬਕਵਾਸ ਕਰ ਲਿਆ ਸਮਾਂ ਨੇੜੇ ਆ ਜਾਂਦੇ ਫਿਰ ਪੁੱਛਾਂਗੀ ਕਿ ਜੀਵਨ ਕਿੰਨਾ ਕੁ ਸੁਆਦੀ ਹੈ ਤੇਰਾ ਮਸਕਰਾ ਸਾਥ ਮੇਰੀ ਬੇਜਾਰ ਆਤਮਾ ਲਈ ਨਿਗਦਾ ਸੂਚਕ ਹੈ ਮੇਰੀ ਖੁਸ਼ੀ ਤੇਰੀਆਂ ਸੁੰਦਰ ਪਾਵਾਂ ਵਿੱਚ ਅਨਮਾਨੀ ਨਹੀਂ ਰਹਿੰਦੀ ਪਰ ਤੇਰੇ ਇਸ਼ਾਰੇ ਬੜੇ ਖਚਰੇ ਹੁੰਦੇ ਹਨ ਮਨੁੱਖ ਜਾਣ ਬੁੱਝ ਕੇ ਬਹਾਨੇ ਬਣਾਉਣਾ ਨਹੀਂ ਹਟਦਾ ਤੇਰੀ ਆਸਾ ਵੇਖ ਤਾਂ ਕਿਸੇ ਪਿਆਰੇ ਸਵਰਗ ਨੂੰ ਰਹੀ ਹੈ ਜਿਸ ਦਾ ਸਾਥ ਮਾਦਵ ਹੈ ਪਰ ਆਨੇ ਬਹਾਨੇ ਇਸ਼ਾਰੇ ਮੇਰੇ ਤੋਂ ਕਰਦੀ ਏ ਫਿਰ ਖਚਰੇ ਹੋਣ ਦਾ ਖਿਤਾਬ ਮੈਨੂੰ ਗਲੀਪ ਨੇ ਬਾਹ ਛੱਡਦਿਆਂ ਥੋੜੇ ਗੁੱਸੇ ਨਾਲ ਕਿਹਾ ਮੈਂ ਨਹੀਂ ਬੋਲਦੀ ਹੁਣ ਤੇਰੇ ਨਾਲ ਗਲਤੀ ਤੇ ਮੈਂ ਕੋਈ ਨਹੀਂ ਕੀਤੀ ਤਾਰੋ ਨੇ ਬੁੱਲ ਤੇ ਉਂਗਲੀ ਰੱਖਦਿਆਂ ਕਿਹਾ ਪਰ ਜੇ ਕੋਈ ਭੁਲੇਖਾ ਤੈਨੂੰ ਗੁੱਸੇ ਕਰ ਸਕਦਾ ਹੈ ਤਾਂ ਮੈਨੂੰ ਮਾਫੀ ਮੰਗਣ ਵਿੱਚ ਝਿਜਕ ਤੇ ਦੇਰੀ ਨਹੀਂ ਕਰਨੀ ਚਾਹੀਦੀ ਮਤਾ ਰੁੱਸੀ ਜ਼ਿੰਦਗੀ ਆਪਣੇ ਆਦਰਸ਼ ਤੋਂ ਬਹੁਤੀ ਦੂਰ ਨਾ ਚਲੀ ਜਾਵੇ ਬੱਕਰੀ ਦੀ ਸੂਤ ਕੇ ਛੱਡ ਲਗਰ ਵਾਂਗ ਉਹਨਾਂ ਦੀਆਂ ਬਾਹਾਂ ਸਹਿਜ ਸਹਿਜ ਹਿੱਲ ਰਹੀਆਂ ਸਨ ਉਨਾਂ ਦੀਆਂ ਚੁੰਨੀਆਂ ਦੇ ਅੰਗੂਰੀ ਤੇ ਲਸੂੜੀ ਪੱਲੇ ਸਾਗਲ ਲਹਿਰ ਵਾਂਗ ਉੱਠਦੇ ਤੇ ਨਾਕਾਮ ਕੋਸ਼ਿਸ਼ਾਂ ਵਾਂਗ ਡਿੱਗਦੇ ਵੀ ਸੋਹਣੇ ਲੱਗਦੇ ਸਨ ਇਸਤਰੀਆਂ ਦੀਆਂ ਭੁੱਲਾਂ ਵੀ ਰੋਮਾਂਚ ਹੁੰਦੀਆਂ ਹਨ ਤਾਰੋਂ ਨੇ ਇੱਕ ਤਿੱਖਾ ਸੁਆਦ ਲੀਪ ਤੇ ਦਿਲ ਵਿੱਚ ਹੋਰ ਚੋਬਿਆ ਸ਼ਾਇਦ ਕਿਸੇ ਪਿਆਰੀ ਯਾਦ ਨੇ ਮਿੱਠੇ ਨਸ਼ੇ ਨੇ ਸੁਰਤੀ ਨੂੰ ਖਾਮੋਸ਼ ਕਰ ਦਿੱਤਾ ਹੈ ਆਹ ਕਿਸੇ ਦੀ ਯਾਦ ਵੀ ਆਨੰਦ ਬਣ ਕੇ ਸਾਰੇ ਸਰੀਰ ਤੇ ਕਿਵੇਂ ਕਬਜ਼ਾ ਕਰ ਲੈਂਦੀ ਹੈ ਤੇਰੀ ਚਿੜਾਦ ਚਾਹੁੰਦੀ ਹੈ ਕਿ ਮੈਂ ਰੋਣ ਲਈ ਮਜਬੂਰ ਹੋਵਾਂ ਦਲੀਪ ਦੇ ਅੰਦਰ ਹਾਸਾ ਲਰਜ ਰਿਹਾ ਸੀ ਪਰ ਬਾਹਰ ਸਿਆਣੇ ਸਪੀਕਰ ਵਾਂਗ ਗੁੱਸੇ ਦਾ ਜੋਸ਼ ਪ੍ਰਭਾਵਿਤ ਸੀ ਜਦੋਂ ਪ੍ਰੇਮੀ ਤੋਂ ਖੁਸ਼ੀ ਸੰਭੀ ਨਾ ਜਾਵੇ ਉਹ ਅਵਸ਼્ય ਹੀ ਰੋਣ ਲਈ ਮਜਬੂਰ ਹੁੰਦਾ ਹੈ ਜਾ ਆਪਣੇ ਘਰ ਵੜ ਕੇ ਤੇ ਮੇਰਾ ਖਹਿੜਾ ਛੱਡ ਤੂੰ ਤਾਂ ਲੇ ਵਾਂਗ ਚੰਬੜੀ ਲੈਂਦੀ ਹੀ ਨਹੀਂ ਚੰਗਾ ਕਮਰ ਜਵਾਨੀ ਤੇਰੇ ਜੀਵਨ ਰਾਹ ਦੀ ਉਡੀਕ ਵਾਂ ਹੋਵੇ બસ ਇੱਕ ਇਹ ਆਖਣ ਨੂੰ ਫਿਰਦੀ ਸੀ ਸਵੇਰ ਦੀ ਹਰੰਬੜ ਨਾ ਹੋਵੇ ਤਾਂ ਤੈਨੂੰ ਸੱਸ ਝਾੜਾ ਪਾਵੇ ਇਹੋ ਜਹੇ ਨੂੰ ਘਰ ਵੜਦੀ ਤਾਰੋ ਨੇ ਕਿਹਾ ਕਾਲੀ ਨਾ ਕਰ ਛੇਤੀ ਹੀ ਸਰਸ ਵਾਲੀ ਹੋ ਜਾਵੇਂਗੀ ਇਹ ਸੀ ਅੱਜ ਦਾ ਸਾਡਾ ਤੀਜਾ ਭਾਗ ਜੇਕਰ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ